ਮਾਹੌਲ ਜਿਹੜਾ ਸੀ ਬਹੁਤ ਠੀਕ ਸੀਗਾ। ਸਰ ਅੰਦਰ 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 ਕਿਆ ਬਾਤਚੀਤ ਹੋਈ ਹੈ? ਅੰਦਰ ਬਾਤਚੀਤ ਜੋ ਹੋਈ ਹੈ ਸਰਕਾਰ ਹਜੇ ਕੋਈ ਮਾਹੌਲ ਤਾਂ ਬਣਾਓ ਟਿਕਣ ਦਾ। ਦੇਖੋ 4-5 ਘੰਟੇ ਗੱਲ ਚੱਲੀ ਹੈ, ਜਿਹੜਾ 3 ਕਾਨੂੰਨਾਂ ਤੇ ਹੈ ਉਹ ਅਜੇ ਗੱਲ ਨਹੀਂ ਆਈ। MSP ਤੇ ਵੀ ਕਮੇਟੀ ਬਣਾ ਦਿਆਂਗੇ, ਪਰ ਜਿਹੜੇ 2 ਕਾਨੂੰਨ ਨੇ, ਇੱਕ ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਸਰਕਾਰ ਨੇ ਵਾਪਸ ਲੈ ਲਏ। 2 ਕਾਨੂੰਨ ਜਿਹੜੇ 2 ਮਤਲਬ 3 ਕਾਨੂੰਨ ਹਨ। ਸੋ 4 ਤਾਰੀਖ ਨੂੰ ਮੀਟਿੰਗ ਹੈ, ਕਿੰਨੇ ਲੋਕ ਆਣਗੇ ਫਿਰ ਮੀਟਿੰਗ ਮੇਂ? ਸਾਰੀ ਗੱਲਬਾਤ ਜਿਹੜੀ ਅੰਦਰ ਹੋਈ ਹੈ ਉਹਦੇ ਵਿੱਚੋਂ ਬਿਜਲੀ ਬਿੱਲ 2020 ਤੇ ਪਰਾਲੀ ਵਾਲੇ ਬਿੱਲ ਉੱਤੇ ਸਹਿਮਤ ਹੋਈ ਹੈ। ਅਜੇ ਜਿਹੜੇ ਖੇਤੀ ਨਾਲ ਸੰਬੰਧਿਤ 3 ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨ ਨੂੰ ਸਰਕਾਰ ਤਿਆਰ ਨਹੀਂ ਹੋਈ, ਜਿਹਦੇ ਤੇ ਦੁਬਾਰੇ ਉਹਨਾਂ ਨੇ ਮੀਟਿੰਗ ਦਾ ਸਮਾਂ ਮੰਗਿਆ। ਦੁਬਾਰੇ 4 ਤਰੀਕ ਦੀ ਮੀਟਿੰਗ ਹੈ ਜਿਹੜੀ, ਉਹ ਸਰਕਾਰ ਨੇ ਕਿਹਾ ਵੀ ਦੁਬਾਰਾ ਕਰਾਂਗੇ ਇਹਦੇ ਮਸਲੇ ਦਾ ਹੱਲ ਵਾਸਤੇ। ਸਾਡੀ ਕੋਈ ਕਿਸੇ ਗੱਲ ਤੇ ਸਹਿਮਤੀ ਨਹੀਂ, ਕਿਉਂਕਿ ਸਰਕਾਰ ਹਜੇ ਉਸੇ ਗੱਲ ਦੇ ਉੱਤੇ ਖੜੀ ਹੈ। ਇਹ 2 ਗੱਲਾਂ ਤੇ ਸਹਿਮਤੀ ਬਣਦੀ ਹੈ, ਕਿਉਂਕਿ 2 ਕਾਨੂੰਨ ਹੈ ਜਿਹੜੇ ਬਿਜਲੀ ਬਿੱਲ 2020 ਤੇ ਪਰਾਲੀ ਵਾਲਾ, ਉਹਨਾਂ ਨੂੰ ਕਹਿੰਦੇ ਵੀ ਅਸੀਂ ਰੱਦ ਕਰਦੇ ਹਾਂ, ਕਿਉਂਕਿ ਉਹਨਾਂ ਨੂੰ ਵਾਪਸ ਲੈਂਦੇ ਨੇ, ਉਹਦਾ ਕੋਈ ਰੌਲਾ ਹੀ ਨਹੀਂ। ਪਰ ਅਸਲ ਮਸਲਾ ਜਿਹੜਾ 3 ਖੇਤੀ ਕਾਨੂੰਨ ਵਾਲਾ ਹੈਗਾ, ਨਾਲ MSP ਵਾਲਾ ਮਸਲਾ ਹੈਗਾ, ਹੋਰ ਬਹੁਤ ਸਾਰੀਆਂ ਜੁੜਵੀਆਂ ਮੰਗਾਂ ਨੇ। ਜਿੰਨਾ ਚਿਰ ਉਹ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਸ਼ਿਕਾਇਤ ਕਰਾਂਗੇ। ਉਹਨਾਂ ਨੇ 4 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਤੈਅ ਕੀਤੀ MSP ਵਾਲੀ ਗੱਲ ਵੀ, ਜਿਹੜੀ 4 ਤਰੀਕ ਦੀ ਮੀਟਿੰਗ ਦੇ ਵਿੱਚ ਅੱਗੇ ਆਉਣੀ ਹੈ, ਤੇ ਨਾਲ ਦੀ ਨਾਲ ਖੇਤੀ ਨਾਲ ਜਿਹੜੇ ਸੰਬੰਧਿਤ ਕਾਨੂੰਨ ਬਿੱਲ ਹੈ, ਕਾਨੂੰਨ ਹੈ, ਉਹਨਾਂ ਵਾਲੀ ਗੱਲ ਵੀ ਉਹ 4 ਤਰੀਕ ਤੱਕ ਅੱਗੇ ਲੈ ਗਏ। ਕਿਸਾਨ ਤਾਂ ਹਾਲੇ ਇੰਨਾ ਕੁ ਸੋਚਦੇ ਆ ਕਿ ਹਜੇ ਜਿਹੜਾ ਡੈਡਲੌਕ ਸੀਗਾ ਗੱਲਬਾਤ ਦੇ ਵਿੱਚ, ਡੈਡਲੌਕ ਹੀ ਟੁੱਟਿਆ, ਪਰ ਹਜੇ ਸਰਕਾਰ ਦਾ ਜਿਹੜਾ ਰਵੱਈਆ ਉਹ ਉਸੇ ਤਰ੍ਹਾਂ ਦਾ ਬਰਕਰਾਰ ਹੈਗਾ ਖੇਤੀ ਕਾਨੂੰਨਾਂ ਦੇ ਉੱਤੇ। ਪਰ ਸਾਨੂੰ ਇਸ ਗੱਲ ਦੇ ਉੱਤੇ ਪਤਾ ਹੈ ਵੀ ਆਉਂਦੇ ਦਿਨਾਂ ਲਈ ਸਾਨੂੰ ਹੋਰ ਜਿਹੜੇ ਘੋਲ ਹੈ ਉਹ ਤਿੱਖੇ ਕਰਨੇ ਪੈਣੇ। ਮੀਟਿੰਗ ਤੇ ਸਰਕਾਰ ਸੱਦਾ ਦਿਓ, ਮੀਟਿੰਗ ਤੇ ਅਸੀਂ ਆਉਣੀ ਹੈ, ਕਿਉਂਕਿ ਮੀਟਿੰਗ ਤੇ ਆਉਣ ਦਾ ਨਾਂ ਤਾਂ ਅਸੀਂ ਇਸ ਕਰਕੇ ਨਹੀਂ ਕਰਦੇ ਕਿਉਂਕਿ ਸਰਕਾਰ ਇਹ ਨਾ ਲੋਕਾਂ ਦੇ ਵਿੱਚ ਗੱਲ ਲਿਜਾਵੇ ਵੀ ਕਿਸਾਨ ਜਥੇਬੰਦੀਆਂ ਵਾਲੇ ਮੀਟਿੰਗ ਤੇ ਨਹੀਂ ਆਉਂਦੇ। ਮੀਟਿੰਗ ਅਗਲੀ 4 ਤਰੀਕ ਨੂੰ ਰੱਖੀ ਗਈ ਹੈ ਕਾਨੂੰਨ ਰੱਦ ਕਰਨ ਤੇ, ਸਰਕਾਰ ਹਾਲੇ ਪੂਰਾ ਅੜੀ ਹੋਈ ਹੈ, ਕਿਉਂਕਿ ਉਹਨਾਂ ਦੀ ਜਿਹੜੀ ਗੱਲਬਾਤ ਹੈ ਵਾਰ ਵਾਰ ਇਹੋ ਆ ਰਹੀ ਸੀ ਕਿ ਕਮੇਟੀ ਬਣਾ ਦਿੰਦੇ ਹਾਂ ਕੋਈ ਛੋਟੀ, ਪਰ ਇਸ ਗੱਲ ਤੇ ਕਿਸਾਨ ਸਹਿਮਤ ਨਹੀਂ ਹੋਏ। ਤਾਂ ਦੁਬਾਰਾ MSP ਵਾਲੀ ਗੱਲ ਦੇ ਉੱਤੇ, ਖੇਤੀਬਾੜੀ ਕਾਨੂੰਨਾਂ ਉੱਤੇ ਸਰਕਾਰ ਨੇ ਦੁਬਾਰਾ ਜਿਹੜੀ ਮੀਟਿੰਗ ਹੈ ਉਹ 4 ਤਰੀਕ ਦੀ ਤੈਅ ਜਿਹੜੀ ਉਹ ਕੀਤੀ ਹੈਗੀ। ਟਰੈਕਟਰ ਮਾਰਚ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਹਾਲੇ ਕਰ ਰਹੇ ਹਾਂ ਅਸੀਂ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ, ਇਹਦੀ ਜਿਹੜੀ ਡੇਟ ਹੈ ਅਸੀਂ ਅੱਜ ਤੇ ਕੱਲ੍ਹ ਜਾਂ 2 ਦਿਨਾਂ 'ਚ ਤੈਅ ਕਰ ਦਿਆਂਗੇ ਤੇ ਕਰਾਂਗੇ। ਅਗਲੀ ਬੈਠਕ ਜੋ 4 ਨੂੰ ਰੱਖੀ ਗਈ, ਬਾਤ 3 ਰਾਊਂਡ ਦੀ ਹੋਈ ਹੈ, 5 ਘੰਟਿਆਂ ਦੇ ਕਰੀਬ ਲਗਭਗ ਗੱਲਬਾਤ ਹੋਈ ਹੈ। ਗੱਲਬਾਤ ਦੇ ਵਿੱਚ ਜੋ ਸਾਰੀਆਂ ਗੱਲਾਂ ਨੇ ਉਹ ਰਿੜਕੀ ਗਈਆਂ ਨੇ, ਖੇਤੀ ਕਾਨੂੰਨਾਂ ਦੇ ਉੱਤੇ ਸਰਕਾਰ ਅਜੇ ਰੱਦ ਕਰਨ ਨੂੰ ਤਿਆਰ ਨਹੀਂ, ਕਿਉਂਕਿ ਉਹ ਉਸੇ ਪੁਰਾਣਾ ਜਿਹੜਾ ਰਵੱਈਆ ਸੀ ਉਹਨਾਂ ਦਾ ਸੋਧ ਵਾਲਾ ਉਸੇ ਗੱਲ ਦੇ ਉੱਤੇ ਹੈ। ਪਰ ਕਿਸਾਨ ਅੜੇ ਹੋਏ ਆਪਦੀ ਗੱਲ ਤੇ ਪੂਰੇ, ਉਹ ਜਿਹੜਾ ਬਿਜਲੀ ਬਿੱਲ 2020 ਆ ਉਹਨੂੰ ਰੱਦ ਕਰਨ ਨੂੰ ਸਹਿਮਤ ਹੁੰਦੀ ਹੈ ਸਰਕਾਰ, ਪਰਾਲੀ ਵਾਲਾ ਜਿਹੜਾ ਜੁਰਮਾਨੇ ਵਾਲਾ ਉਹਨਾਂ ਨੇ ਬਿੱਲ ਸੀਗਾ ਉਹਨੂੰ ਰੱਦ ਕਰਨ ਨੂੰ ਸਹਿਮਤ ਹੁੰਦੀ ਹੈ। ਪਰ ਕਿਸਾਨ ਅਸਲ ਗੱਲ ਹੈ ਜਿਹੜੀ ਉਹ 3 ਖੇਤੀ ਨਾਲ ਸੰਬੰਧਿਤ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨ ਦੇ ਉੱਤੇ ਅੜੇ ਹੋਏ ਆ MSP ਦੇ ਤਹਿਤ ਸਾਰੇ ਦੇਸ਼ ਦੇ ਅੰਦਰ। ਪ੍ਰਸਤਾਵ ਰੱਖੇ ਗਏ ਨੇ ਲੇਕਿਨ ਕਿਸਾਨਾਂ ਵੱਲੋਂ ਅਜੇ ਸਹਿਮਤੀ ਨਹੀਂ ਜਤਾਈ ਗਈ। ਕਿਸਾਨ ਆਗੂ ਬਾਹਰ ਆਉਂਦੇ ਹੋਏ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ, ਹੋਰ ਆਗੂਆਂ ਦੇ ਨਾਲ ਕੇ ਅੰਦਰ ਜੋ ਬਾਹਰ ਜਾਣੇ ਤਾਂ ਬਾਹਰ ਤਾਂ ਨਹੀਂ ਬੂਟਾ ਪਰਮਾਤਮਾ ਕਿਰਪਾ ਕਰੂਗਾ। ਹਾਂ ਬਿਲਕੁਲ ਬਿਲਕੁਲ ਸਹਿਮਤੀ ਜਤਾਈ ਤਾਂ ਹੀ ਹੋਏ ਨਾ, ਉੱਥੇ 2 ਵਾਪਸ ਲੈ ਲੈਣ ਉਹਨਾਂ ਨੇ, 2 ਜਿਹੜੇ ਰਹਿ ਗਏ ਉਹਨਾਂ ਦੇ 4 ਤਰੀਕ ਨੂੰ ਗੱਲ ਹੋਊਗੀ ਔਰ ਵਧੀਆ ਮਾਹੌਲ ਚ ਹੋਊਗੀ, ਪਰਮਾਤਮਾ ਕਿਰਪਾ ਕਰੇਗਾ ਸੱਚੇ ਪਾਤਸ਼ਾਹ ਵਧੀਆ ਹੋ ਜਾਊਗਾ 4 ਤਰੀਕ ਨੂੰ। ਉਹਨਾਂ ਵਾਸਤੇ 4 ਤਰੀਕ ਨੂੰ ਮੀਟਿੰਗ ਰੱਖੀ ਗਈ ਨਾ, ਵੈਸੇ ਚਰਚਾ ਹੁੰਦੀ ਰਹੀ ਉੱਥੇ ਵੀ, ਲੇਕਿਨ ਫਿਰ ਵੀ ਅਜੇ ਉਹ ਫਾਈਨਲ ਨਹੀਂ ਹੋ ਸਕਿਆ। 4 ਤਰੀਕ ਨੂੰ ਪਰਮਾਤਮਾ ਮਿਹਰ ਕਰੇ 4 ਤਰੀਕ ਨੂੰ ਹੋ ਜਾਏਗਾ। ਟਰੈਕਟਰ ਮਾਰਚ ਕਰੋਗੇ? ਨਹੀਂ, ਉਹ ਫਿਰ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਰੋਕਿਆ ਇੱਕ ਵਾਰ, ਜਦੋਂ ਸਰਕਾਰ ਅੱਗੇ ਵਧ ਰਹੀ ਹੈ, ਜੇ ਕੋਈ ਸਰਕਾਰ ਅੱਗੇ ਵਧ ਰਹੀ ਹੈ ਸਾਨੂੰ ਵੀ ਥੋੜ੍ਹਾ ਜਿਹਾ ਕੁਛ ਰੁਕਣਾ ਪਊਗਾ। ਉਮੀਦ ਹੈ ਪਰਮਾਤਮਾ ਦੇ ਘਰ ਵਿੱਚੋਂ, ਉਮੀਦ ਹੈ ਕਿ 4 ਤਰੀਕ ਨੂੰ ਮਸਲਾ ਹੱਲ ਹੋਊਗਾ। ਆਪਾਂ ਤਾਂ ਵੇਖੋ ਅੱਜ ਵੀ ਉਮੀਦ ਲੈ ਕੇ ਚੱਲੇ ਹਾਂ ਤੇ ਪਹਿਲਾਂ ਵੀ ਉਮੀਦਾਂ ਲੈ ਕੇ ਚੱਲਦੇ ਰਹੇ, ਬੇਸ਼ੱਕ ਚਾਹੇ ਕੁਛ ਹੋਇਆ ਚਾਹੇ ਨਹੀਂ ਹੋਇਆ, ਲੇਕਿਨ ਉਮੀਦ ਆ 4 ਤਰੀਕ ਨੂੰ ਮਸਲਾ ਜਿਹੜਾ ਨੇੜੇ ਲੱਗ ਜਾਊਗਾ, ਨਹੀਂ ਇੱਕ ਅੱਧੀ ਮੀਟਿੰਗ ਹੋਰ ਹੋ ਜਾਊਗੀ।
अपना मसला उठ के आम खाने के पेट देने है ना अपन का मसला है भी साडा मसला हल होना चाहिए वो खेती कानून जेने ने वापस लेने चाहिए ने सरकार नु अपील करने चाहिए दिया। इस करके अभी उत्थे बैठे हैं वो सरकार ने कहा भी आपा ये दो अज वापस ले ले थोड़ी मन ली दो कानून जेने ने बाकी दो रह गए उन्होंने अभी बाद च आपा 4 तारीख नु विचार लवांगे। सो तस्वीर विज्ञान भवन तो बाहर जो किसान बाहर आ रहे ने दलेवाल साहब किवें देखी अज सो सो सुखावा माहौल मीटिंग का इस मीटिंग दौरान नतीजे चंगे निकलते नजर आ रहे ने इस बहुत वधिया ये आई है कि दो मंगा साडिया मतलब जिहड़ियां एक तां जिहड़े किसानां नूं जुर्माना करना पराली साड़ के जुर्माना करने जो कानून बनाया सी उहदे चों किसानां नूं मतलब बाहर कर दिता गया किसानां नूं कोई जुर्माना नहीं होना जिहड़ा बिजली एक्ट लैके आ रहे सीगे वह रद्द कर दिता गया पर किसानां नूं बिजली फ्री मिलती रहेगी मजदूरों नूं बिजली फ्री मिलती रहेगी इदां होर बहुत सारिया जिहड़ियां शंकावां साडे होर लोकां दे लई सी उहदे तों मतलब सारी जनता नूं राहत मिलेगी इन्नियां गल्लां मन्नियां। दूसरी जिहड़ी गल है कानूनां दे संबंध च और MSP दे ਉਹਦੇ ਸਬੰਧ 4 ਤਰੀਕ ਨੂੰ ਮੀਟਿੰਗ ਫੇਰ ਹੋਣੀ ਹੈ ਔਰ ਲਾਸਟ ਜੋ ਮਤਲਬ ਮੰਤਰੀ ਜੀ ਦਾ ਐਟੀਟਿਊਡ ਲੱਗਿਆ ਸਾਨੂੰ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਸੀ ਉਹ ਸਾਨੂੰ ਐਂ ਲੱਗਾ ਪੋਜ਼ਿਟਿਵ ਹੈ ਔਰ ਉਹਨਾਂ ਨੇ ਲਾਸਟ 'ਤੇ ਕਿਹਾ ਵੀ ਹੈ ਕਿ ਕੋਸ਼ਿਸ਼ ਹੋਏਗੀ ਸਾਡੀ ਕਿ ਅਸੀਂ ਮਤਲਬ 4 ਤਰੀਕ ਨੂੰ ਤੁਹਾਨੂੰ ਕੋਈ ਵਧੀਆ ਮਤਲਬ ਸੁਨੇਹਾ ਦੇ ਕੇ ਹੀ ਮਤਲਬ ਫ੍ਰੀ ਕਰਾਂਗੇ ਇਹ ਗੱਲ ਹੋਈ ਅਭੀ ਤੱਕ ਜੋ ਬਾਤ ਹੋਈ ਸੰਤੁਸ਼ਟ ਹੈ ਆਪ ਦੇਖੀਏ ਗੱਲ ਇਹ ਹੈ ਜਿਤਨੀ ਗੱਲ ਹੋਈ ਹੈ ਉਹ ਗੱਲ ਬਹੁਤ ਵਧੀਆ ਹੋਈ ਹੈ ਦੋ ਮੰਗਾਂ ਮੰਨ ਲਈਆਂ ਗਈਆਂ ਪਹਿਲੀ ਗੱਲ ਮੈਂ ਤੁਹਾਨੂੰ ਦੱਸੀ ਹੈ ਦੂਸਰੀਆਂ ਦੇ ਉੱਤੇ ਮੀਟਿੰਗ ਫਿਰ ਸਰਕਾਰ ਨੇ ਤੈਅ ਕਰ ਦਿੱਤੀ ਹੈ ਔਰ ਉਹਦੇ ਜ਼ਿੰਮੇਵਾਰੀ ਹੈ ਔਰ ਇਹਦੇ 'ਤੇ ਹੀ ਸਰਕਾਰ ਨੇ ਸਾਨੂੰ 4 ਤਰੀਕ ਦੀ ਮੀਟਿੰਗ ਦਿੱਤੀ ਹੈ ਕਿ ਅਸੀਂ ਇਹਦੇ 'ਤੇ ਮਤਲਬ ਮੁੜ ਦੁਬਾਰਾ ਵਿਚਾਰ ਕਰਦੇ ਹਾਂ ਕਿ ਇਹਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਇਸ ਗੱਲ ਦੇ ਉੱਤੇ ਆ ਕੇ ਇਹ ਹੋਇਆ ਪਰ ਉੱਥੇ ਬਾਅਦ ਦੇ ਵਿੱਚ ਜਦੋਂ ਸਰਕਾਰ ਨਾਲ ਮੀਟਿੰਗ ਹੋ ਚੁੱਕੀ ਸੀ ਉਸ ਤੋਂ ਬਾਅਦ ਸਾਡੀ ਆਪਦੀ ਮੀਟਿੰਗ ਹੋਈ ਹੈ ਆਪਦੀ ਮੀਟਿੰਗ ਦੇ ਵਿੱਚ ਫੈਸਲਾ ਇਹ ਹੋਇਆ ਕਿ ਅਸੀਂ ਜਿਹੜਾ ਕੱਲ੍ਹ ਦਾ 31 ਤਰੀਕ ਦਾ ਪੂਰੇ ਦਿੱਲੀ ਦਾ ਮਾਰਚ ਕੱਢਣ ਦਾ ਪ੍ਰੋਗਰਾਮ ਰੱਖਿਆ ਸੀ ਉਹ ਅਸੀਂ ਮਾਰਚ 19 ਦੇਰ ਤੱਕ ਲਈ ਕਿਉਂਕਿ ਸਰਕਾਰ ਨੇ ਸਾਡੇ ਨਾਲ ਪੋਜ਼ਿਟਿਵ ਰੋਕਾ ਹੈ ਤਾਂ ਹੁਣ ਦਬਾਅ ਬਹੁਤ ਸਾਰਾ ਦਬਾਅ ਬਣਾਉਣ ਦੀ ਵੱਖਰੇ ਤੌਰ 'ਤੇ ਦਬਾਅ ਬਣਾਉਣ ਦੀ ਮੈਨੂੰ ਲੱਗਿਆ ਕਿ ਸਾਨੂੰ ਲੋੜ ਮਹਿਸੂਸ ਨਹੀਂ ਹੋਈ ਸਾਰੀਆਂ ਜਥੇਬੰਦੀਆਂ ਨੇ ਸਹਿਮਤੀ ਦੇ ਨਾਲ ਉਹਨੂੰ ਰੱਦ ਕੀਤਾ ਕਿ ਰੱਦ ਸੋਰੀ ਭਾਵ ਪੋਸਟਪੋਨ ਕੀਤਾ ਉਹ ਸਾਡਾ ਪੋਸਟਪੋਨ ਹੈ 4 ਤਰੀਕ ਤੱਕ ਅਗਰ 4 ਤਰੀਕ ਨੂੰ ਫੈਸਲਾ ਨਹੀਂ ਠੀਕ ਆਉਂਦਾ ਤਾਂ ਉਹ ਸਾਡਾ ਪ੍ਰੋਗਰਾਮ ਅੱਗੇ ਫਿਰ ਹੋ ਸਕਦਾ ਉਹਨੇ ਚੱਲੀ ਹੈ ਪੋਸਟਪੋਨ ਧੰਨਵਾਦ ਸਾਹਿਬ ਅੱਧੀ ਜਿੱਤ ਹੋ ਚੁੱਕੀ ਹੈ ਮੰਨ ਲਈਏ ਬੋਲ ਦੋ ਧੰਨਵਾਦ ਸਾਹਿਬ ਅੱਧੀ ਜਿੱਤ ਹੋ ਚੁੱਕੀ ਹੈ ਮੰਨ ਲਈਏ ਅੱਜ ਕੀ ਜੋ ਮੁਲਾਕਾਤ ਰਹੀ ਉਸਮੇ ਕੀ ਨਿਕਲ ਕੇ ਸਾਹਮਣੇ ਆਇਆ ਕਿੰਨਾ ਆਪ ਲੋਕ ਸੰਤੁਸ਼ਟ ਹੈ ਦੇਖੀਏ ਅੱਜ ਕੀ ਜੋ ਬੈਠਕ ਹੋਈ ਹੈ ਇਸ ਬੈਠਕ ਮੇਂ ਮੈਨੂੰ ਲੱਗ ਰਿਹਾ ਹੈ ਸਰਕਾਰ ਦਾ ਰੁਖ ਤਾਂ ਜੋ ਇਹ ਅੱਛਾ ਪੋਜ਼ਿਟਿਵ ਰਹਾ ਹੈ ਸਰਕਾਰ ਨੇ ਦੋ ਮੰਗੇ ਹਮਾਰੀ ਮਾਨ ਲਈ ਹੈ ਕਾਨੂੰਨ ਜੋ ਬਿਜਲੀ ਐਕਟ ਥਾ ਉਸੇ ਮਤਲਬ ਰੱਦ ਕਰ ਲਿਆ ਕਰਨੇ ਕਿ ਉਹਨਾਂ ਨੇ ਹਮਾਰੀ ਬਾਤ ਮਾਂਗ ਕੋ ਮਾਨ ਲਿਆ ਗਿਆ ਹੈ ਔਰ ਦੂਸਰੀ ਜੋ ਬੜੀ ਬਾਤ ਉਸਕੇ ਸਾਥ ਇਹ ਹੋਈ ਹੈ ਕਿ ਜੋ ਇਹਨਾਂ ਨੇ ਬਿਜਲੀ ਐਕਟ ਲੈ ਕਰ ਆ ਰਹੇ ਥੇ ਪਰਾਲੀ ਵਾਲਾ ਤਾਂ ਹੋਇਆ ਹੈ ਬਿਜਲੀ ਐਕਟ ਕੀ ਵੀ ਮੈਂ ਵੀ ਮਤਲਬ ਉਹਨਾਂ ਨੇ ਮਾਨ ਲਿਆ ਹੈ ਕਿ ਹਮ ਇਸੇ ਵਾਪਸ ਲੈਤੇ ਹੈ ਤੋ ਕਿਸਾਨੋ ਕੀ ਕੋ ਫ੍ਰੀ ਬਿਜਲੀ ਕੀ ਜੋ ਸਹੂਲਤ ਥੀ ਵੋ ਚਲਤੀ ਰਹੇਗੀ ਕਿਸਾਨੋ ਕੀ ਆਮ ਮਜ਼ਦੂਰੋ ਕੀ ਸਭੀ ਲੋਕੋ ਕੇ ਲੀਏ ਜੋ ਮਤਲਬ ਸਹੂਲਤ ਦੋ ਕੁਛ ਸਬਸਿਡੀ ਦੀ ਗਈ ਥੀ ਵੋ ਚਲਤੀ ਰਹੇਗੀ ਐਸੀ ਬਾਤੇ ਆਜ ਮਤਲਬ ਇਸ ਬੈਠਕ ਮੇਂ ਹੋਈ ਹੈ ਦੂਸਰੇ ਜੋ ਹਮਾਰੇ ਦੋ ਬੜੀ ਬਾਤੇਂ ਥੀ ਤੀਨੋ ਕਾਨੂੰਨੋ ਕੋ ਵਾਪਸ ਲੈਣੇ ਕੇ ਲੀਏ ਉਸਕੇ ਬਾਰੇ ਮੈਂ ਤੋ ਇੱਕ ਬਾਤ ਔਰ ਵੀ ਮੈਂ ਮਤਲਬ ਬਤਾਉਂਗਾ ਕਿ ਏਕ ਮੇਂ ਤੋ ਦੋ ਤੋ ਕਾਨੂੰਨ ਰੱਦ ਕਰਨੇ ਵਾਲੇ ਹਾਂ ਉਸਨੂੰ ਤੀਸਰਾ ਹੈ ਜੋ 95 का जो एसेंशियल कॉमोडिटी एक्ट था ना वो कानून पहले से बना हुआ था उसमें कुछ उन्होंने संशोधन किए थे उस पर भी सरकार का कुछ ऐसा लग रहा है आज की बात में लेकिन अभी तक वो क्लियर नहीं हुआ कि सभी का सभी मतलब सरकार को हमने जो कहा है वो कानून वापस लेने के बारे में हमने दबाव रखा है और सरकार ने 4 तारीख की हमें मतलब बैठक फिर से दी है उस बैठक में से मुझे लग रहा है कि जो एंड में सरकार का जो रुख था जो सरकार का बातचीत करने का व्यवहार था वो अच्छा था
उन्होंने कहा कि 4 तारीख को हम सभी कोशिश करेंगे। व्यवहार अच्छा होने का मतलब ये नहीं है कि काला कानून वापस हुए, नहीं लगता है कि अगली मीटिंग च कुछ संभावना है काले कानून लेके, क्योंकि मुख्य मुद्दा तो ये सी। हाँ देखो गल ये है, व्यवहार अच्छा था, व्यवहार अच्छा तभी होता है जब आपकी आदमी का दिमाग आदमी का मन अच्छा होता है, तभी व्यवहार अच्छा होता है। आज सरकार इस बात पे मतलब सहमत हुई होती नजर आई है, क्योंकि हमारी बार बार हमारी ओर से तो बात यही थी कि इस कानूनों को वापस लो। हमने हमारा कहीं पे कोई ऐसी बात नहीं थी कि इसमें कोई संशोधन हो या कोई और बात हो, तो जब हमारा वही है तो उसी पर ही सरकार ने 4 तारीख की बैठक फिर से दी है, तो इसमें से मतलब कुछ ना कुछ अधी जित मन ली है, अधी ना मनो हजे हाँ जो हाँ उसके लिए बाद में बैठक हुई है हमारे सभी संगठनों की। उसके लिए ये हुआ कि जब सरकार ने हमें बैठक दे दी है तो मसला सॉल्व भी होने लगा है, तो ऐसे माहौल में किसी तरह की और मतलब कोई प्रदर्शन करना वो ठीक ना समझते हुए सभी संगठनों ने उस बात को मतलब पोस्टपोन किया। जो आप बात कर रहे हो ना प्रेशर पंजाबी आगे ना हूं तो पंजाबी सारे पंजाबी आ गए। देखो गल ये है प्रेशर बहुत है, कल ट्रैक्टर मार्च का प्रेशर नहीं है, बहुत प्रेशर है। अज पिछले कल तुसी देखे ना तो हाडे माध्यम तो पता लग्या सानू कि सरकार ने बिहार दे विच ये ऐलान करता कि तुहानू असी MSP ते तुहाडियां फसलां खरीदांगे, जिहड़े बिहार नू 2006 तो गल घुट के मारिया गया। यह इस अंदोलन का सिक्का सी, बहुत वड्डी जित हुंदी नजर आ रही है। मैनू आ लग रहा है भी आने वाले दिनों दे विच ये कोई जिहड़ा ट्रैक्टर मार्च है, ट्रैक्टर मार्च हमेशा कोई असी इनू खत्म नहीं कर दिता, ना असी धरना खत्म किया है। ट्रैक्टर मार्च नू रद्द असी इसलिए किया है कि सरकार नू कल नू ये बहाना ना मिले कि असी तां तुहाडी मंग मन रहे हो, तुसीं फिर भी मतलब बद में एक्शन कर रहे हो, सरकार नू कोई बहाना ना मिले। इस करके इस सुखावे माहौल नू सुखावा रखण वास्ते इस सारे सज्जणां ने बैठ के कह रहे थे कि अमित शाह दे नाल गलबात होवे अगली बार, जे हुण गलबात नहीं बनती तां हरसिमरत कौर बादल तां इह वी कह रहे ने कि किसानां नू अपील कर रहे ने कि सीधा मोदी जी नाल गलबात कीती जावे। हुण देखो मैं ये पुछना चाहना है, जिहड़ी बीबा हरसिमरत कौर कहिंदी है वी सिद्धी बादल नाल गल करो सॉरी मोदी नाल गल करो, वह बीबा हरसिमरत कौर इथों ही गई है ना, इत्थे उदों तां बादल उहनूं मोदी नाल गल करनी रही। गल साडा मोदी नाल गल करना या अमित शाह नाल गल करन दा कोई मतलब नहीं है, साडा मतलब है कानून वापस कराउण नाल। कोई भी साडे कानून वापस करे उही सफिशेंट है, सानू असी कोई मोदी दे नाल बैठ के कोई फोटो लाउण दा दी इच्छा नहीं है, सानू तां कानून रद्द करवाउण नाल। मंगा उह बड़ियां सख्त नहीं थियां जी, उह मंगा थोड़ी जिही नरम थियां, पर जे दो मन्नियां गईआं जित तां हैगी है ना, सरकार पिछे तां हटियां ना वी उदों बाद मतलब आपां 4 तारीख दी मीटिंग फेर दित्ती जी, ट्रैक्टर मार्च है उह आपां मुलतवी कर अगली मीटिंग च की होंगे, सरकार होर किन्ना के पिछे हटती है, जे मतलब हटा के हटा पिछे उन्हें छा रंग भी लेंदा नहीं गा। अच्छा पर जेकर असी इस वक्त गल कर लिए 3 खेती कानून ते किस तरीके दे नाल गलबात हुई, कि सिर्फ MSP दा पाठ पढ़ाया गया या अपील करन दे भी गलबात हुई है? नहीं अज उन्होंने पाठ नहीं पढ़ाने दिता, जान सार उन्होंने कह भी 3 कानूनों बारे दसो, ये बारे सू हो गल ही नहीं करनी उन्होंने, बस मतलब लग्या उ मतलब पौने घंटे चो कहते भी असं हजे कर नहीं सकते, असं छो अपने पास मगर करो, फिर असी कहा भी कानून बनाओ ਇਹਦਾ ਮਤਲਬ ਸਾਥੋਂ ਪੁੱਛਿਆ ਵੀ ਕੀ ਫਾਇਦਾ ਹੋਊ, ਅਸੀਂ ਦੱਸਿਆ ਵੀ ਆਹ ਹਾ ਫਾਇਦੇ ਹੋਣਗੇ, ਕਹਿੰਦੇ ਵੀ ਇਹ ਵੀ ਨੀ ਕਰਖੋ ਪਾਸੇ, ਫਿਰ ਅਸੀਂ ਕਿਹਾ ਬਿਜਲੀ ਐਕਟ ਉਹ ਕਹਿੰਦੇ ਹੋ ਗਿਆ, ਫਿਰ ਕਿਹਾ ਪਰਾਲੀ ਐਕਟ ਕਹਿੰਦੇ ਉਹ ਵੀ ਹੋ ਗਿਆ, ਉਦੋਂ ਅਸੀਂ ਮੰਨ ਗਏ, ਫਿਰ ਉਹਨਾਂ ਨੇ ਸਾਡੀ ਰੋਟੀ ਖਾਧੀ ਅਸੀਂ ਉਹਨਾਂ ਦੀ ਖਾਧੀ, ਇੰਨਾ ਕੁ ਸਰਕਾਰ ਪਿੱਛੇ ਸੁਖਾਵਾ ਰਿਹਾ ਮਾਹੌਲ ਦਾ। ਅਗਲੀ 4 ਤਰੀਕ ਨੂੰ ਮੰਨਦੇ ਆਪਾਂ ਵੀ ਕੁਛ ਚੰਗਾ ਨਿਕਲੂਗਾ, ਕੁਛ ਸੰਕੇਤ ਮਿਲਦੇ ਨੇ, ਉਹ ਸਖ਼ਤ ਕਾਨੂੰਨ ਹੈ ਮੇਰੇ ਹਿਸਾਬ ਥੋੜਾ ਜਿਹਾ ਹਾਂ ਹਜੇ ਅੜੂਗੀ ਚੱਲੂਗਾ, ਦੋਨੋਂ ਲੰਮਾ ਚੱਲੂਗਾ, ਸਿਆਣੀ ਹੋਵੇ ਸਰਕਾਰ ਮੰਨ ਜੇ ਮੰਗਾਂ ਕੁਛ ਨਹੀਂ ਫਰਕ ਪੈਂਦਾ, ਦੁਬਾਰੇ ਕਮੇਟੀ ਬਣਾ ਲਈ ਇਸ ਗੱਲ ਤੇ ਅਸੀਂ ਰਾਜ਼ੀ ਹਾਂ ਵੀ ਤੂੰ ਕਿਹੜਾ ਰੱਦ ਕਰਦੇ ਦੁਬਾਰੇ ਕਮੇਟੀ ਬਣਾ ਲੈ, ਸਾਡੇ ਬੰਦੇ ਲੈ ਲਓ ਚੰਗੇ ਬੁੱਧੀਜੀਵੀ ਲੈ ਲਓ ਅਖਬਾਰਾਂ ਵਾਲੇ ਕੋਈ ਚੰਗੇ ਪੱਤਰਕਾਰ ਲੈ ਲਓ, ਉਹ ਅਸੀਂ ਕਿਹਾ ਸੀਗਾ ਪਰ ਹਜੇ ਸਰਕਾਰ ਇਸ 'ਤੇ ਹਾਂ ਕਰੀ ਨਹੀਂ ਉਹਨਾਂ ਨੇ।